ਦੋਸਤੋ ਜਿਹੜਾ ਉਹ ਤੁਹਾਨੂੰ ਸ਼ਖਸ਼ਮ ਲਾਉਣ ਜਾ ਰਿਹਾ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਸੀ ਗਾਣਾ 295 ਪੰਜਾਬ ਬੋਲ ਦਾ ਜੋ ਬਹੁਤ ਹੀ ਸਕਸੈਸ ਵਿੱਚ ਰਿਹਾ 5.1 ਮਿਲੀਅਨ ਵਿਊ ਸੀ ਤੇ ਸਾਡੇ ਨਾਲ ਬਾਈ ਸੁਖਰਾਜ ਬਰਕੰਦੀ ਕੀ ਹਾਲ ਚਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕੋ ਪਹਿਲਾਂ ਤਾਂ ਮੁਬਾਰਕਾਂ ਗਾਣੇ ਦੀ ਸਕਸੈਸ ਦੀਆਂ ਤੁਹਾਨੂੰ ਐਮਜੀ ਟੈਲੀਕਾਸਟ ਨੂੰ ਐਮਜੀ 7 ਪ੍ਰੋਡਕਸ਼ਨ ਨੂੰ ਪੂਰੀ ਕੈਨਾਤ ਨੂੰ ਪੂਰੇ ਸਰੋਤਿਆਂ ਨੂੰ ਬਹੁਤ 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 ਪਿਆਰ ਸਤਿਕਾਰ ਤੇ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਮੈਂ ਇਹ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਜੋ ਲਾਸਟ ਗਾਣਾ ਸੀ ਬਾਈ ਸਿੱਧੂ ਦਾ ਉਹਦੇ ਜਿਉਂਦੇ ਜੀ ਦੀ ਲਾਸਟ ਰਾਈਡ ਹਨਾ ਉਸ ਗਾਣੇ ਨੂੰ ਸ਼ਰਧਾਂਜਲੀ ਤੇ ਬਾਈ ਨੂੰ ਆਪ ਸ਼ਰਧਾਂਜਲੀ ਦੇ ਤੌਰ ਤੇ ਬਾਈ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਆ ਜਿਹਦਾ ਜਿਹੜਾ ਨਾਮ ਹੈਗਾ ਉਹ ਨਾਮ ਬੜਾ ਯੂਨੀਕ ਰੱਖਿਆ ਬਹੁਤ ਲੋਕ ਉਹਨੂੰ ਸਰਚ ਵੀ ਕਰਨਗੇ ਜਾਂ ਦੇਖਣਗੇ ਤੇ ਹੋ ਸਕਦਾ ਹੈ ਕਿ ਸ਼ਾਇਦ ਉਹ ਇਹ ਗਲਤੀ ਕਰਨ ਕਿ ਉਹ ਇਹਨੂੰ ਫਨੀ ਗਾਣਾ ਸਮਝ ਲੈਣ ਪਰ ਅਸਲ ਦੇ ਵਿੱਚ ਜੋ ਪੰਜਾਬ ਦਾ ਮਾਹੌਲ ਆ ਉਹ ਵੀ ਸਰਕਾਰਾਂ ਨੇ ਇੱਕ ਫਣੀ ਬਣਾ ਕੇ ਰੱਖ ਦਿੱਤਾ ਤਾਂ ਬਹੁਤ ਸਾਰੇ ਮੁੱਦਿਆਂ ਦੀ ਗੱਲ ਕੀਤੀ ਗਈ ਉਹਦੇ ਵਿੱਚ ਵੀ ਜਿਹਦਾ ਨਾਮ ਹੈਗਾ ਕੜਮ ਚੌਧਰੀ ਉਸ ਟਾਈਟਲ ਦਾ ਤੇ ਸਭ ਤੋਂ ਪਹਿਲਾਂ ਮੈਂ ਚਾਹਣਾ ਕਿ ਇਸ ਜਿਹੜਾ ਪੋਸਟਰ ਆ ਉਹਦੀ ਝਲਕ ਜੜੀ ਉਹ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂ ਗੰਦੀ ਸਾਹਿਬ ਲਓ ਜੀ ਜੀ ਅ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਟਾਈਟਲ ਜਿਹੜਾ ਹੈਗਾ ਇਹਦਾ ਕੜਮ ਚੌਧਰੀ ਆ ਟ੍ਰਿਬਿਊਟ ਟੂ ਸਿੱਧੂ ਮਸੇਵਾਲਾ ਐਮਜੀ uh, 7 ਪ੍ਰੋਡਕਸ਼ਨ ਦੇ ਉੱਪਰ ਇਹ ਜਿਹੜਾ ਗੀਤ ਲਾਂਚ ਹੋਣ ਜਾ ਰਿਹਾ ਮੈਂ ਦੱਸ ਦੇਣਾ ਚਾਹਣਾ ਕਿ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਆਪਣਾ ਜਿਹੜਾ ਏਸ ਨੂੰ ਥੋੜਾ ਜਿਹਾ ਚੈਨਲ ਦੇ ਨੇਮ ਨੂੰ ਥੋੜਾ ਜਿਹਾ ਹਾਈਲਾਈਟ ਕਰ ਦੇਣ ਕਿਉਂਕਿ ਜੇ ਤੁਹਾਨੂੰ ਇਹ ਗਾਣਾ ਨਹੀਂ ਮਿਲਦਾ ਤਾਂ ਤੁਸੀਂ ਐਮਜੀ 7 ਪ੍ਰੋਡਕਸ਼ਨ ਨੂੰ ਸਰਚ ਕਰ ਸਕਦੇ ਹੋ ਜਾਂ ਤੁਸੀਂ ਸਖਰਾਜ ਬਰਗੰਦੀ ਨਿਊ Song ਸਰਚ ਕਰ ਸਕਦੇ ਹੋ ਜਾਂ ਕੜਮ ਚੌਧਰੀ ਕਰ ਸਕਦੇ ਹੋ ਵੈਸੇ ਤਾਂ ਕੜਮ ਆ ਜਿਹੜਾ ਉਹ GH ਤੇ ਬਣਦਾ ਪਰ ਮੇਰੇ ਖਿਆਲ ਦੇ ਵਿੱਚ অপਟੀਮਾਈਜ਼ਿੰਗ ਦੇ ਵਿੱਚ ਦੇਖਿਆ ਜਾਵੇ ਤਾਂ YouTube ਕੇ ਦੇ ਨਾਲ ਚੱਕਦੀ ਹੈ ਨਾ ਤਾਂ ਉਹ ਕੇ ਏ ਆ ਲਿਖਿਆ ਹੈ ਨਾ KDH A M ਕੜਮ ਚੌਧਰੀ ਤੁਸੀਂ ਇਸ ਤਰੀਕੇ ਨਾਲ ਵੀ ਸਰਚ ਕਰ ਸਕਦੇ ਹੋ ਜਾਂ ਉੱਪਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਤੁਸੀਂ ਉਸ ਲਿੰਕ ਨੂੰ ਖੋਲ ਕੇ ਇਸ ਗੀਤ ਨੂੰ ਸੁਣੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਵੀ ਬਾਈ ਮੈਂ ਚਾਹਣਾ ਕਿ ਇਸ ਗੀਤ ਦੀਆਂ 217 ਦੇ ਨਾਲ ਸ਼ੁਰੂਆਤ ਕੀਤੀ ਜਾਵੇ ਤਾਂ ਕਿ ਪਤਾ ਚੱਲ ਸਕੇ ਕਿ ਸਖਰਾਜ ਵਰਕੰਦੀ ਫੇਰ ਆ ਗਿਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੁਬਾਰਾ ਫੇਰ ਮਿਲਣ ਲਈ ਸਰੋਤਿਆਂ ਨਾਲ ਰੂਬਰੂ ਕਰਨ ਲਈ ਸੋ ਮੈਂ ਪਹਿਲਾ ਜਿਹੜਾ ਮੇਰਾ ਬਹੁਤ ਸਕਸੈਸ ਗਾਣਾ ਹੋ ਗਿਆ ਮੈਂ ਬਹੁਤ ਮੁਬਾਰਕਾਂ ਦਿੰਦਾ ਸਾਰਿਆਂ ਨੂੰ ਤੇ ਖੁਦ ਆਪਣੇ ਆਪ ਨੂੰ ਤੁਹਾਡੇ ਚੈਨਲ ਨੂੰ ਜੀ ਤੇ ਦੂਜੀ ਵਾਰੀ ਮੈਨੂੰ ਮੌਕਾ ਮਿਲਿਆ ਦਿਲ ਦੀ ਗੱਲ ਕਹਿਣ ਦਾ ਜਜ਼ਬਾਤ ਕਹਿਣ ਦਾ ਤੇ ਮੈਂ ਉਹ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਆ ਪਹਿਲਾਂ ਦੀ ਤਰ੍ਹਾਂ ਪਿਆਰ ਦਿਓਗੇ ਸਾਰੇ ਜਣੇ ਜੀ ਹੁ ਕੌੜੀਆਂ ਨੇ ਗੱਲਾਂ ਕੁਝ ਕਹਿਣ ਲੱਗੀਆਂ ਭੇਡਾਂ ਬਣੇ ਲੋਕਾਂ ਦੇ ਖਿਲਾਫ ਬੋਲਣਾ ਹਉ ਕਰੀਆ ਹਿੰਮਤ ਕੁਝ ਸੱਚ ਕਹਿਣ ਦੀ ਤੇ ਧੋਗਲੇ ਆ ਲੋਕਾਂ ਦੇ ਖਿਲਾਫ ਬੋਲਣਾ ਕੁਝ ਧਾਰਮਿਕ ਹੋਣ ਦਾ ਡਰਾਮਾ ਕਰਦੇ ਵੇਲੜਿਓ ਹੱਡਾਂ ਦੇ ਹਰਾਮ ਹੋ ਗਏ ਹਉ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਓ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਹੋ ਕਰਦੇ ਜੋ ਟਿੱਪਣੀ ਹਰਨਾਜ ਸੰਧੂ ਤੇ ਉਹ ਸਨੀ ਲਿਓਨ ਰਹਿੰਦੇ ਆ ਸਰਚ ਮਾਰਦੇ ਹੋ ਲੁਕਦੇ ਨਹੀਂ ਢਿੱਡ ਗੰਦੀ ਕਰ ਤੂਤਦੇ ਕਰਕੇ ਕਰੈ ਮਿਆਂ ਪਰੂਣ ਮਾਰਦੇ ਹੋ ਕਰਕੇ ਕਰੈ ਮਿਆਂ ਪਰੂਣ ਮਾਰਦੇ ਹੋ ਹੋ ਪਾਪਾ ਨਾ ਕਮਾਏ ਗਏ ਧਨ ਮਾਲ ਦੇ ਦਸਵੰਦ ਦੇ ਵਖਾਵੇ ਗੁਰੂ ਧਾਮ ਹੋ ਗਏ ਹੋ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਹੋ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਜੀ ਇਹ ਗਾਣਾ ਤੁਹਾਡਾ ਮੇਰੇ ਖਿਆਲ ਚ ਪਹਿਲਾਂ ਨਾਲੋਂ ਵੀ ਜਿਆਦਾ ਖੂਬਸੂਰਤ ਹੈ ਬਾਈ ਸੁਖਰਾਜ ਮੇਰੇ ਖਿਆਲ ਦੇ ਵਿੱਚ ਕਾਫੀ ਅ ਵੱਡੇ ਮੁੱਦੇ ਜਿਹੜੇ ਤੁਸੀਂ ਚੱਕਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇੰਨਾ ਜ਼ਰੂਰ ਦੱਸੋ ਕਿ ਹੋਰ ਇਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਹੋਰ ਉਸ ਗਾ ਕੇ ਦੱਸਾਂਗੇ ਵੈਸੇ ਦੱਸ ਦਾਂ ਮੈਂ ਕਹਿੰਦਾ ਜੇ ਇੱਕ ਅੱਧਾ ਪੈਰਾ ਸੁਣਾ ਦਿੱਤਾ ਜਾਵੇ ਕਿਉਂਕਿ ਮੁੱਦੇ ਤਾਂ ਤੁਸੀਂ ਬਹੁਤ ਚੱਕੀ ਫਿਰਦੇ ਆ ਉਹ ਆਪਾਂ ਜਿਹੜਾ ਸਸਪੈਂਸ ਆ ਉਹ ਗਾਣੇ ਦੇ ਵਿੱਚ ਰਹਿਣ ਦਈਏ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਜੀ ਇਸ ਲਿੰਕ ਨੂੰ ਖੋਲ ਕੇ ਤੁਸੀਂ ਗੀਤ ਸੁਣ ਸਕਦੇ ਹੋ ਜਾਂ ਐਮਜੀ7 ਪ੍ਰੋਡਕਸ਼ਨ ਕੰਪਨੀ ਖੋਲ ਕੇ ਗੀਤ ਸੁਣ ਸਕਦੇ ਹੋ ਜਾਂ ਕਦਮ ਚੌਧਰੀ ਸਰਚ ਕਰਕੇ ਸੁਖਰਾਜ ਬਰਗੰਦੀ ਨਿਊ Song ਵੀ ਸਰਚ ਕਰ ਸਕਦੇ ਹੋ ਮੈਂ ਕਹਿੰਦਾ ਇੱਕ ਵਾਰ ਸੁਣਾ ਦਈਏ ਬਾਕੀ ਆਪਾਂ ਸਸਪੈਂਸ ਰੱਖੀਏ ਕਿਉਂਕਿ ਜੇ ਸਾਰਾ ਗੀਤ ਇੱਥੇ ਸੁਣਾਤਾ ਤਾਂ ਸ਼ਾਇਦ ਸਸਪੈਂਸ ਖਤਮ ਹੋ ਜੇ ਧਰਮੀ ਬੰਦਿਆਂ ਦੀ ਤੇ ਅਧਰਮੀ ਬੰਦਿਆਂ ਦੀ ਗੱਲ ਕਰਨ ਯਾਰਨਾ ਜਿਹੜੇ ਕਹਿੰਦੇ ਆ ਉਹਨਾਂ ਦਾ ਧਰ ਮਾੜਾ ਈ ਸਾਡਾ ਚੰਗਾ ਤੇ ਸਾਡਾ ਚੰਗਾ ਤੇ ਉਹਦਾ ਮਾੜਾ ਐਂ ਤਾਂ ਦੀਆਂ ਜਿਹੜੀਆਂ ਗੱਲਾਂ ਬਤ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਵਾਸਤੇ ਕੀ ਕਿਹਾ ਮੈਂ ਹੋ ਸਾਡਾ ਏ ਧਰਮ ਚੰਗਾ ਉਹਦਾ ਮਾੜਾ ਏ ਹੋ ਪਰਖੀਓ ਧਰਮੀ ਮਸੰਦ ਬੰਦਿਆ ਪੱਗਾਂ ਵਾਰੇ ਵੇਖੇ ਟੂਨੇ ਟੱਪੇ ਕਰਦੇ ਤੇ ਗੁਰੂ ਘਰ ਜਾਂਦੇ ਵੇਖੇ ਕੋਨੇ ਗੰਜਿਆ ਹੋ ਗੁਰੂ ਘਰ ਜਾਂਦੇ ਵੇਖੇ ਕੋਨੇ ਗੰਜਿਆ ਆਸਥਾ ਲਿਬਾਸਾਂ ਤੋਂ ਪਹਿਰਾਵਿਆਂ ਨਾਲ ਆਸਥਾ ਨਹੀਂ ਬਣਦੀ ਜੀ ਇਹ ਚੈੱਕ ਐਦਾ ਵੀ ਨਹੀਂ ਹੁੰਦੀ ਤੇ ਆਸਥਾ ਲਿਬਾਸਾਂ ਤੋਂ ਨਾ ਚੈੱਕ ਕਰੀਏ ਇੱਥੇ ਮਾੜਿਆਂ ਨਾ ਚੰਗੇ ਬਦਨਾਮ ਹੋ ਗਏ ਹੋ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਮਾਸ਼ਾਅੱਲਾ ਗਾਣਾ ਤੁਹਾਡਾ ਬਹੁਤ ਖੂਬਸੂਰਤ ਹੈ ਬਰਕੰਦੀ ਸਾਹਿਬ ਮੈਂ ਵੀ ਕਾਮਨਾ ਕਰਦਾ ਕਿ ਜਿਹੜਾ ਇਹ ਜਿਹੜਾ ਗੀਤ ਆ ਮੇਰੇ ਖਿਆਲ ਦੇ ਵਿੱਚ ਫੇਸਬੁੱਕ ਤੇ 51 ਲੱਖ ਲੋਕਾਂ ਨੇ ਸੁਣਿਆ ਆਈ ਥਿੰਕ 300 ਕੇ 400 ਕੇ YouTube ਤੇ ਸੁਣਿਆ ਗਿਆ ਤਾਂ ਮੈਨੂੰ ਇਦਾਂ ਲੱਗਦਾ ਕਿ ਉਸ ਗਾਣੇ 295 ਪੰਜਾਬ ਬੋਲ ਦਾ ਜੋ ਸਕਸੈਸ ਆ ਉਹ ਇਹ ਗੀਤ ਆ ਹਨਾ ਤਾਂ ਇਹ ਮੈਂ ਕਹਿ ਸਕਦਾ ਕਿ ਇਹ ਜਿਹੜਾ ਘੜਮ ਚੌਧਰੀ ਗੀਤ ਆ ਤੇ ਇਹਦੀ ਇੱਕ ਬੜੀ ਖੂਬਸੂਰਤ ਗੱਲ ਆ ਕਿ ਇਹ ਜਿਹੜਾ ਗੀਤ ਆ ਇਹ ਆ ਮਿਊਜ਼ਿਕ ਵੀ ਬਾਈ ਸੁਖਰਾਜ ਵਰਕੰਦੀ ਨੇ ਦਿੱਤਾ ਹਨਾ ਤਾਂ ਬਾਈ ਮਿਊਜ਼ਿਕ ਦਾ ਕਿਵੇਂ ਸਬਬ ਬਣਿਆ ਇਹ ਮੈਨੂੰ ਜਰੂਰ ਦੱਸੋ ਮਿਊਜ਼ਿਕ ਦਾ ਸਬਬ ਬੱਸ ਇਦਾਂ ਇਦਾਂ ਜੀ ਕਾਫੀ ਟਾਈਮ ਹੋ ਗਿਆ ਸੀ ਚਲਦਿਆਂ ਨੂੰ ਜੀ ਤੇ ਲੱਗਿਆ ਵੀ ਲਿਖਿਆ ਆਪਾਂ ਗਾਇਆ ਆਪਾਂ ਜੀ ਤੇ ਮਿਊਜ਼ਿਕ ਵੀ ਕੋਸ਼ਿਸ਼ ਕੀਤੀ ਆ ਤੇ ਆਪਦੇ ਲਈ ਕੀਤੀ ਆ ਹਲੇ ਹੋਰਨਾਂ ਦੇ ਲਾਇਕ ਤਾਂ ਸ਼ਾਇਦ ਨਹੀਂ ਹੋਵਾਂਗੇ ਤੇ ਆਪਦੇ ਗੀਤ ਸ਼ਾਇਦ ਕਰਦੇ ਰਵਾਂਗੇ ਅੱਗੇ ਤੋਂ ਗਾਉਂਦੇ ਵੀ ਲਵਾਂਗੇ ਲਿਖਦੇ ਵੀ ਰਵਾਂਗੇ ਤੇ ਮਿਊਜ਼ਿਕ ਦਾ ਵੀ ਲੈਂਦੇ ਰਵਾਂਗੇ ਇਹਦੇ ਵਿੱਚ ਤੁਸੀਂ ਜਿਹੜਾ ਉਹ ਟਾਈਟਲ ਲਿਆ ਨਾ ਵੱਡੇ ਭਾਈ ਏ ਕੜਮ ਚੌਧਰੀ ਹਨਾ ਆ ਇਹਨੂੰ ਫੜ ਲਓ ਇਹਦੇ ਬਾਰੇ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਿਓ ਕਿਉਂਕਿ ਇਹ ਟਾਈਟਲ ਬੜਾ ਯੂਨੀਕ ਆਏ ਕਿੱਥੋਂ ਨਾਮ ਆਇਆ ਕਿਉਂਕਿ ਮੋਸਟਲੀ ਜਿਹੜੇ ਗਾਣਿਆਂ ਦੇ ਟਾਈਟਲ ਆ ਹਨਾ ਉਹ ਕੁਝ ਹੋਰ ਤਰ੍ਹਾਂ ਦੇ ਹੁੰਦੇ ਆ ਤੇ ਇਹ ਪੰਜਾਬ ਦੇ ਮੁੱਦਿਆਂ ਦਾ ਗੀਤ ਆ ਤੇ ਕੜਮ ਚੌਧਰੀ ਟਾਈਟਲ ਕਿੱਥੋਂ ਦਿਮਾਗ 'ਚ ਆਇਆ ਕੜਮ ਚੌਧਰੀ ਅੱਜ ਕੱਲ੍ਹ ਸਭਾਵ ਕੀ ਹੋ ਗਿਆ ਗਲੀ ਗਲੀ ਫਿਰਦੇ ਆ ਤੇ ਹਰ ਫੀਲਡ ਚ ਹੂੰ ਕੋਈ ਵਿਸ਼ਾ ਲੈ ਲੋ ਤੁਸੀਂ ਸਾਡੇ ਪੰਜਾਬ ਦਾ ਜੀ ਇੰਡੀਆ ਦਾ ਵਰਲਡ ਲੈਵਲ ਦਾ ਹਰ ਵਿਸ਼ੇ ਤੇ ਹਰ ਫੀਲਡ ਚ ਤੁਹਾਨੂੰ ਕੜਮ ਚੌਧਰੀ ਮਿਲਣਗੇ ਕੜਮ ਚੌਧਰੀ ਉਹ ਹੁੰਦੇ ਮੇਰੇ ਹਿਸਾਬ ਨਾਲ ਵੀ ਜਿਨ੍ਹਾਂ ਨੂੰ ਕੋਈ ਘਰੇ ਪੁੱਛ ਪੜਤਾਲ ਨਹੀਂ ਹੁੰਦੀ ਤੇ ਉਹ ਬਾਹਰ ਹਰੇਕ ਦੇ ਕੰਮ ਚ ਆ ਕੇ ਸੱਦੀ ਨਾਂ ਬੁਲਾਈ ਮੈਨ ਲਾੜੇ ਦੀ ਤਾਈ ਵਾਲਾ ਕੰਮ ਕਰਦੇ ਆ ਤੇ ਕੇ ਤੂੰ ਕੌਣ ਆ ਕਿ ਮੈਂ ਖਾ ਮ ਖਾ ਕੜਮ ਚੌਧਰੀ ਉਹਨਾਂ ਵਾਸਤੇ ਮੈਂ ਤਾਂ ਵਰਤਿਆ ਜੀ ਤੇ ਇਹਦਾ ਪਿਸ਼ੋਕੜ ਕੁਝ ਹੋਰ ਹੈ ਉਹ ਬਾਬਾ ਦੀਪ ਸਿੰਘ ਜੀ ਨਾਲ ریلیਟਡ ਆ ਉਹ ਕਿਤੇ ਆਪਾਂ ਫੇਰ ਸ਼ੇਅਰ ਕਰਦਾਂਗੇ ਹੂੰ ਬਹੁ ਡੂੰਗਾ ਗੱਲ ਬਾਤ ਬੜੂngੀ ਕੜਾਮ ਚੌਧਰੀ ਦੀ ਪਰ ਇਹ ਅੱਜ ਦੇ ਦੌਰ 'ਚ ਬਦਲਦੀ 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 ਇਹਦਾ ਸ਼ਬਦ ਬਦਲ ਗਿਆ ਕੜਮ ਬਣ ਗਿਆ ਅਸਲ 'ਚ ਸ਼ਬਦ ਕੁਛ ਹੋਰ ਹੈ ਅਸਲ 'ਚ ਕੜਾਮ ਸੀ ਕੜਾਮ ਪਿੰਡ ਸੀ ਨਾ ਕੜਾਮ ਤੋਂ ਕੜਾਮ ਕੜਮ ਚੌਧਰੀ ਬਣ ਗਿਆ ਹਾਂ ਕੜਾਮ ਪਿੰਡ ਸੀ ਉੱਥੋਂ ਦਾ ਇਤਿਹਾਸ ਆ ਕਿ ਬਾਬਾ ਦੀਪ ਸਿੰਘ ਨਾਲ ریلیਟ ਆ ਮੈਂ ਬੜਾ ਵਿਸਥਾਰ 'ਚ ਨਹੀਂ ਜਾਂਦਾਗਾ ਇਹਦੇ ਤੇ ਫੇਰ ਗੱਲ ਕਰਾਂਗੇ ਆਪਾਂ ਜੀ ਜੀ ਤਾਂ ਮੈਨੂੰ ਇਹਨਾਂ ਜ਼ਰੂਰ ਦੱਸੋ ਕਿ ਬਾਈ ਜਦੋਂ ਸੁਖਰਾਜ ਆਪਾਂ ਪਹਿਲਾ ਇੰਟਰਵਿਊ ਕੀਤੀ ਸੀ ਐਮਡੀ ਟੈਲੀਕਾਸਟ ਤੋਂ ਪਹਿਲਾਂ ਮੇਰੇ ਖਿਆਲ ਚ ਕੋਈ ਇੰਟਰਵਿਊ ਨਹੀਂ ਆਈ ਸੀ ਤੁਹਾਡੀ ਹਨਾ ਤਾਂ ਉਸ ਤੋਂ ਬਾਅਦ ਇੰਟਰਵਿਊ ਜਿਹੜੀ ਮੇਰੇ ਖਿਆਲ ਚ ਲੱਖਾਂ ਲੋਕਾਂ ਨੇ ਇੰਟਰਵਿਊ ਦੇਖੀ ਆ ਇਹਨਾਂ ਸਾਥ ਵੀ ਦਿੱਤਾ ਹੁਣ ਲੋਕ ਪਛਾਣਨ ਲੱਗ ਪਏ ਆ ਕਿ ਨਹੀਂ ਪਛਾਣ ਬਣੀ ਸੁਖਰਾਜ ਦੀ ਪਛਾਣ ਤਾਂ ਅਨਲਿਮਿਟਿਡ ਹੋ ਗਈ ਹੈ ਜੀ ਵੀ ਮਤਲਬ ਕਿੱਥੋਂ ਕਿਹੜੇ ਏਰੀਏ 'ਚ ਮੈਨੂੰ ਫੋਨ ਨਹੀਂ ਆਇਆਗਾ ਤੇ ਕਿਹੜਾ ਹੀ ਬੰਦੇ ਨੇ ਮੈਨੂੰ ਦਵਾਰਾ ਵੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਇੱਕ ਮੇਰਾ ਗਾਣਾ ਸਕਸੈਸ ਹੋਇਆ ਸੀ ਉਦੋਂ ਪੁੱਛ ਪੜਤਾਲ ਹੋਈ ਸੀ ਹੁਣ ਮੈਂ ਜਦੋਂ ਜਿੱਧਰ ਵੀ ਲੰਘਦਾ ਪੈਦਲ ਲੰਘਦਾ ਜਾਂ ਬਾਈਕ ਤੇ ਲੰਘਦਾ ਜਾਂ ਤੁਹਾਡੇ ਨਾਲ ਕਿਤੇ ਜਾ ਇੱਧਰ ਉੱਧਰ ਕਿਤੇ ਵੀ ਜਾਣਾ ਨਾ ਤੇ ਬਾਈ ਜੀ ਸਿਰ ਹਲਾਤਾ ਬਾਈ ਜੀ ਘੈਂਟ ਆ ਬਾਈ ਜੀ ਐ ਆ ਬਾਈ ਜੀ ਐ ਮਤਲਬ ਐ ਲੱਗਿਆ ਯਾਰ ਵਾਕੇ ਕੁਝ ਸਹੀ ਕੀਤਾ ਯਾਰ ਤੇ ਰੱਬ ਪਰਮਾਤਮਾ ਬਲ ਦੇਵੇ ਲਿਖਣ ਗਾਉਣ ਦਾ ਹੂੰ ਮੇਰੇ ਖਿਆਲ ਦੇ ਵਿੱਚ ਹੁਣ ਚੰਗਾ ਗਾਉਂਦੇ ਰਹੋਗੇ ਕਿ ਹੁਣ ਤਾਂ ਨਹੀਂ ਉਹ ਗਾਣਿਆਂ ਦੀ ਲੋੜ ਹੈਗੀ ਬਿਦੂ ਛੱਡ ਗਈ ਵੈਰ ਨੇ ਹਨਾ ਜਾਂ ਕੋਈ ਐਦਾਂ ਦਾ ਜੋ ਚੱਲਦਾ ਸੀ ਹਨਾ ਤਾਨੇ ਮੇਣਿਆਂ ਜੇ ਵਾਲੀ ਗਾਇਕੀ ਤਾਨੇ ਮੇਣਿਆਂ ਵਾਲੀ ਗਾਇਕੀ ਵੀ ਕਿਤੇ ਕਿਤੇ ਚੱਲੀ ਜਾਂਦੀ ਪਰ ਉਹ ਸਮਾਂ ਸੀ ਉਹਦਾ ਪਰ ਅੱਜ ਨਹੀਂ ਮੇਰੇ ਖਿਆਲੋਂ ਉਹ ਸਮਾਪਤ ਹੋ ਗਈ ਆ ਕਿਉਂਕਿ ਤਾਨੇ ਮੇਨੇ ਵੈਸੀ ਲੋਕ ਗਾਣਿਆਂ ਚ ਹੀ ਦੇਣ ਲੱਗ ਗਏ ਤੇ ਰੂਬਰੂ ਹੀ ਦੇਣ ਲੱਗ ਗਏ ਨੈਟ ਤੇ ਤਾਂਨੇ ਮੇਨੇ ਬਹੁਤ ਹੋ ਗਏ ਨਾ ਫੇਸਬੁੱਕ ਹੀ ਗਿਆਨ ਬਹੁਤ ਵੰਡਿਆ ਜਾਂਦਾ ਉਹ ਵੀ ਮ ਗਾਣੇ ਚ ਜ਼ਿਕਰ ਕੀਤਾ ਇੱਕ ਇੱਕ ਪੈਰਾ ਸੁਣਾ ਸਕਦੇ ਹਾਂ ਜਾਂ ਬੋਲ ਕੇ ਜਾਂ ਗਾ ਕੇ ਥੋੜਾ ਬਹੁਤ ਚਲੋ ਤੁਹਾਡਾ ਕਿਹਾ ਮੈਂ ਮੋੜ ਨਹੀਂ ਸਕਦਾ ਵੈਸੇ ਸਾਰਾ ਗਾਣਾ ਲਿੰਕ ਸਿਰਫ ਓਨ ਹੀ ਲੈਣ ਦੱਸ ਦੋ ਓਨ ਹੀ ਲੈਣ ਦੱਸ ਦੋ ਨਹੀਂ ਹੁਣ ਮੇਰਾ ਜੀ ਕਰਿਆ ਮੈਂ ਪੂਰਾ ਸੁਣਾਉ ਫਿਰ ਠੀਕ ਹੈ ਜੀ ਉਹ ਜਿਵੇਂ ਹੈਗਾ ਵੀ ਕੁੜੀਆਂ ਦੀ ਫੋਟੋ ਲਾ ਜੋ ਚੈਟ ਕਰਦੇ ਉਹ ਮਰਦੇ ਨਹੀਂ ਜੋ ਵੀ ਆਪਛਾਣ ਲੋਕਾਂ ਨੂੰ ਠੀਕ ਹੈ ਜੀ ਜੀ ਉਹ ਬਰਮ ਗਿਆ ਨਹੀਂ ਫੇਸਬੁੱਕ ਕੀ ਲਾਣਾ ਏ ਹੋ ਬੇ ਲੋੜਾ ਵੰਡਦਾ ਗਿਆਨ ਲੋਕਾਂ ਨੂੰ ਬੇ ਲੋੜਾ ਵੰਡਦਾ ਗਿਆਨ ਲੋਕਾਂ ਨੂੰ ਹਮਾ ਭੈਣ ਗਾਲਾਂ ਵਿੱਚ ਇੱਕ ਕਰਦੇ ਤੇ ਬਾਂਦਰਾ ਤੋਂ ਪਿਹੜੇ ਖੁੱਲੇ ਆਮ ਹੋ ਗਏ ਹੋ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਕੰਦੀ ਸਾਹਿਬ ਇਹ ਗਾਣਾ ਲੈ ਕੇ ਆਏ ਹੋ ਕਿ ਕਰਾਰੀਆਂ ਚਪੇੜਾਂ ਲੈ ਕੇ ਆਏ ਹੋ ਜਿਹੜੇ ਕਰਪਟ ਬੰਦੇ ਆ ਉਹਨਾਂ ਨੂੰ ਤਾਂ ਚਪੇੜਾਂ ਕਹਿ ਸਕਦੇ ਆ ਪਰੇ ਸ਼ਬਦਾਂ ਦੀ ਚਪੇੜ ਜੀ ਨੂੰ ਵਜਦੀ ਹੈ ਨਾ ਬਸ ਉਹ ਦੂਜੀ ਚਪੇੜ ਨਾ ਵੀ ਪੈੜੀ ਹੁੰਦੀ ਹੈ ਪਰ ਬਿਸ਼ਰਮ ਟੋਲਾ ਮੰਨਦਾ ਹੀ ਨਹੀਂ ਕਰਗੀ ਕੀ ਬਹੁਤ ਮਚਾਦਰੀ ਨਹੀਂ ਮੰਨਦੇ ਕੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਤਾਂ ਸੁਧਾਰ ਆਉਂਦਾ ਹੀ ਹੈ ਸਾਡੇ ਅਰਗੇ ਦੇ ਕਹਿਣ ਨਾਲ ਤੇ ਵਿਸ਼ੇ ਹੋਰ ਬਹੁਤ ਆ ਬਈ ਗਾਣੇ ਚ ਜਿਵੇਂ ਭਗਤ ਸਿਉਂ ਬਦਨਾਮ ਹਾਂ ਜਿਵੇਂ ਪੁੱਛਣੇ ਲੱਗਿਆ ਸੀ ਹੋਰ ਕਿਹੜੇ ਵਿਸ਼ੇ ਹੋਰ ਵਿਸ਼ੇ ਹੁਣ ਵੀ ਭਗਤ ਸਿਉਂ ਨੂੰ ਬਦਨਾਮ ਕਰਤਾ ਠੀਕ ਹੈ ਤੇ ਇੱਕ ਇਸ ਤੋਂ ਇਲਾਵਾ ਕਿਹੜੇ ਵਿਸ਼ੇ ਨੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਦੱਬਿਆ ਉਹਦੇ ਬਾਰੇ ਵੀ ਕੁਝ ਥੋੜਾ ਜਿਹਾ ਹੈਗਾ ਹੂੰ ਤੇ ਵਿਸ਼ੇ-ਵਿਸ਼ੇ ਆਪਾਂ ਗਾਣਾ ਸੁਣਾ ਦੇਾਂਗੇ ਫਿਰ ਪਰਾਂਵਾਂ ਨੂੰ ਥੋੜੇ ਦਿਨਾਂ 'ਚ ਹੂੰ ਜੀ ਤੇ ਉਹਦੇ 'ਚ ਹੋ ਜਾਊਗਾ ਜੀ ਮੈਂ ਦੱਸ ਦੇਣਾ ਚਾਹਣਾ ਕਿ ਫਿਲਹਾਲ ਇਹ ਜਿਹੜਾ ਗਾਣਾ ਰਿਲੀਜ਼ ਹੋ ਚੁੱਕਿਆ ਤੁਸੀਂ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਦਾ ਜਿਹੜਾ ਲਿੰਕ ਦਿੱਤਾ ਹੋਇਆ ਤੁਸੀਂ ਉਹਨੂੰ ਸੁਣ ਸਕਦੇ ਹੋ ਤੇ ਜੇ ਗਾਣਾ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਕੜਮ ਚੌਧਰੀ ਪੰਜਾਬੀ ਵਿੱਚ ਵੀ ਟਾਈਪ ਕਰ ਸਕਦੇ ਹੋ ਇੰਗਲਿਸ਼ ਵਿੱਚ ਵੀ ਕਰ ਸਕਦੇ ਹੋ ਐਮਜੀ 7 ਪ੍ਰੋਡਕਸ਼ਨ ਵੀ ਜਿਹੜੇ ਹੁਣ ਜਿਹੜੇ ਹੁਣੇ-ਹੁਣੇ ਇੰਟਰਵਿਊ ਦੇ ਨਾਲ ਬਣੇ ਨੇ ਐਮਜੀ 7 ਪ੍ਰੋਡਕਸ਼ਨ ਨੂੰ ਤੁਸੀਂ ਸਰਚ ਕਰ ਸਕਦੇ ਹੋ ਇਸ ਤੋਂ ਇਲਾਵਾ ਮੈਂ ਵੀ ਨਾਲ-ਨਾਲ ਜਿਹੜਾ ਰਿਪੀਟ ਕਰਦਾ ਕਿ ਐਮਜੀ ਟੈਲੀਕਾਸਟ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਨਾਲ ਐਮਜੀ 7 ਪ੍ਰੋਡਕਸ਼ਨ ਨੂੰ ਵੀ ਕਰ ਦਿਓ ਕਿਉਂਕਿ ਇਹੋ ਜੇ ਹੁਨਰ ਨੂੰ ਹੀ ਉੱਥੇ ਜਿਹੜਾ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਾਈ ਜੋ ਪਹਿਲੀ ਇੰਟਰਵਿਊ ਹੋਈ ਸੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਕੋਈ ਪ੍ਰੋਗਰਾਮ ਦੋ ਚਾਰ ਮਿਲੇ ਕਿ ਨਹੀਂ ਕਿਉਂਕਿ ਇੱਕ ਗਾਇਕ ਦੀ ਕਮਾਈ ਮੇਰੇ ਖਿਆਲ ਚ ਜ਼ਿਆਦਾਤਰ ਪ੍ਰੋਗਰਾਮ ਹੀ ਹੁੰਦੇ ਆ ਕਮਾਈ ਮੇਰੀ ਇਹੀ ਹੋਰ ਮੇਰਾ ਕੋਈ ਕੰਮਕਾਰ ਹੈ ਨਹੀਂ ਭਰਾਵਾ ਜੀ ਨਾ ਕੋਈ ਜ਼ਮੀਨ ਜਾਇਦਾਦ ਆ ਤੇ ਪ੍ਰੋਗਰਾਮਾਂ ਦੀ ਮੈਨੂੰ ਬਹੁਤ ਲੋੜ ਆ ਪਤਾ ਨਹੀਂ ਕੀ ਸਾਡਾ ਮਾਲਵਾ ਬੈਲਟ ਜਿਹੜਾ ਮੁਕਸਰ ਏਰੀਆ ਦਾ ਤਾਂ ਬਿਲਕੁਲ ਹੀ ਬੁਰਾ ਹਾਲ ਆ ਕਿ ਪਤਾ ਨਹੀਂ ਪ੍ਰੋਗਰਾਮਾਂ ਦਾ ਕੋਈ ਬਣ ਨਹੀਂ ਰਿਹਾ ਸਬਬ ਕਿਸੇ ਪਾਸੇ ਵੀ ਸਾਡੇ ਪਤਾ ਨਹੀਂ ਕਿੱਦਾਂ ਦੇ ਆ ਇੱਧਰ ਮਾਲਵੇ ਦੁਆਬੇ ਮਾਝੇ ਚ ਜਾਈਏ ਨਾ ਮਾਝੇ ਦੁਆਬੇ ਚ ਬਹੁਤ ਪ੍ਰੋਗਰਾਮ ਹੁੰਦੇ ਉੱਥੇ ਕਿੰਨਾ ਯਾਰ ਉਧਰੋਂ ਤਾਂ ਪੁਛ ਪੜਤਾਲ ਹੋਈ ਆ ਪ੍ਰੋਗਰਾਮਾਂ ਦੀ ਇੱਕ ਖਟਕੜਕਲਾ ਭਗਤ ਸਿੰਘ ਦੇ ਪਿੰਡ ਦੇ ਨਾਲ ਕੋਈ ਪਿੰਡ ਆ ਉੱਥੋਂ ਦੇ ਕੋਈ ਐਨ ਆਰ ਆਈ ਭਾਈ ਹੈਗੇ ਆ ਉਹ ਕਹਿੰਦੇ ਉਹਨਾਂ ਨੇ ਕੋਈ ਮੇਲਾ ਕਰਾਉਣਾ ਉਹਨਾਂ ਨੇ ਇਸ ਮਹੀਨੇ ਜੀ ਤੇ ਕਹਿੰਦੇ ਸੀ ਤੁਹਾਨੂੰ ਬਲਾ ਸੀ ਮੌਕੇ ਤੇ ਦੋ ਚਾਰ ਦਿਨ ਪਹਿਲਾਂ ਦੱਸਾਂਗੇ ਤੇ ਤੁਸੀਂ ਜ਼ਰੂਰ ਆਓ ਤੇ ਉੱਥੇ ਹਾਜ਼ਰੀ ਜ਼ਰੂਰ ਲਵਾਵਾਂਗੇ ਆਪਾਂ ਪਰ ਇੱਧਰ ਦੀ ਗੱਲਬਾਤ ਮੈਨੂੰ ਪ੍ਰੋਗਰਾਮਾਂ ਦੀ ਲੋੜ ਆ ਯਾਰ ਇਹ ਤਾਂ ਬਣਦਾ ਜੇ ਮੈਂ ਕੁਛ ਚੰਗਾ गा ਰਿਆਂ ਚੰਗਾ ਲੇਖ ਰਿਆਂ ਤੇ ਚੰਗਾ ਲਿਖੂ ਤੇ گاਉਂ ਤੋ ਤਾਂ ਹੀ ਜੇ ਮੈਨੂੰ ਕਿਤੋਂ ਕੁਛ ਇਨਕਮ ਹੋਊਗੀ ਤੇ ਜਦੋਂ ਮੇਰੀ ਕੋਈ ਇਨਕਮ ਦਾ ਸਾਧਨ ਆ ਰਿਹਾ ਤਾਂ ਕਿੰਨਾ ਕਚੇਰ ਮੈਂ ਵੀ ਟੱਕਰਾਂ ਮਾਰੂਗਾ ਫਿਰ ਮੈਂ ਟੱਕਰਾਂ ਹੀ ਕਹਿ ਸਕਦਾ ਕਿਉਂਕਿ ਪਹਿਲਾਂ ਵੀ ਮੈਂ 15 ਸਾਲ ਟੱਕਰਾਂ ਹੀ ਮਾਰਦਾ ਰਿਆਂ ਜੀ ਉਹਨਾਂ ਗਾਣਿਆਂ ਨੂੰ ਕਿਸੇ ਨੇ ਕੁਛ ਨਹੀਂ ਜੇ ਆ ਗਾਣਾ ਮੈਨੂੰ ਬਹੁਤ ਮੁਕਾਮ ਤੇ ਲੈ ਕੇ ਗਿਆ ਉਹਦੇ ਨਾਲ ਨਾਲ ਵੀ ਮਤਲਬ ਮੈਨੂੰ ਹੂੰ ਪ੍ਰੋਗਰਾਮਾਂ ਦੀ ਮੈਂ ਉਮੀਦ ਕਰਦਾ ਵੀ ਮੈਨੂੰ ਦਿਓ ਕੋਈ ਕੋਈ ਫਾਈਨੈਂਸ਼ੀਅਲੀ ਸਪੋਰਟ ਵੀ ਮਿਲੀ ਪ੍ਰੋਗਰਾਮ ਜੇ ਸਪੋਜ਼ ਕਰੋ ਪ੍ਰੋਗਰਾਮ ਘੱਟ ਮਿਲੇ ਤਾਂ ਫਾਈਨੈਂਸ਼ੀਅਲੀ ਸਪੋਰਟ ਕਿਸੇ ਨੇ ਕੀਤੀ ਹੋਵੇ ਫਾਈਨੈਂਸ਼ੀਅਲੀ ਸਪੋਰਟ ਦੇ ਵਿੱਚ ਫੋਨ ਕਾਲ ਬਹੁਤ ਆਈਆਂ ਸੀ ਹੂੰ ਪਰ ਜਿਹੜੇ ਅੱਗੇ ਉੱਭਰ ਕੇ ਆਏ ਆ ਉਹਨਾਂ ਦੇ ਵਿੱਚੋਂ ਮੇਰੇ ਦੋ ਰਿਸਪੈਕਟਡ ਭਾਈ ਹੈਗੇ ਆ ਹੂੰ ਸਤਕਾਰਯੋਗ ਪ੍ਰੋਫੈਸਰ ਰਤਨ ਲਾਲ ਜੀ ਨੇ ਜੀ ਗੁਰਦਾਸਪੁਰ ਤੋਂ ਹੂੰ ਤੇ ਸਤਕਾਰਯੋਗ ਭਾਈ ਸਤਨਾਮ ਸਿੰਘ ਫੌਜੀ ਉਹ ਵੀ ਗੁਰਦਾਸਪੁਰ ਤੋਂ ਅੱਛਾ ਮੰਗਰਦਾਸਪੁਰੀਏ ਬਾਜੀ ਮਾਰ ਗਏ ਫਿਰ ਬਿਲਕੁਲ ਜੀ ਹਾਂ ਇੱਕ ਹੋਰ ਭਰਾ ਅਸ਼ਿੰ다 ਸਿੰਘ ਫੌਜੀ ਆ ਜੀ ਉਹਨੇ ਵੀ ਮਤਲਬ ਕਿ ਉਹਨੇ ਤਾਂ ਮਤਲਬ ਮੈਨੂੰ ਅੱਗੇ ਤੋਂ ਵੀ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਤਿੰਨਾ ਨਹੀਂ ਜੀ ਤੇ ਮੈਂ ਰਤਨ ਲਾਲ ਜੀ ਤੇ ਜਿਹੜੇ ਆਪਣੇ ਹੈਗੇ ਆ ਸੁਨਾਮ ਸਿੰਘ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਅੱਗੇ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਗਾਣਿਆ ਵਾਸਤੇ ਤੇਰਾ ਅਸੀਂ ਸਾਥ ਨਾਲ ਖੜੇ ਆ ਮੈਂ ਚਾਹਣਾ ਕਿ ਆਪਣਾ ਨੰਬਰ ਜਰੂਰ ਤੁਸੀਂ ਦੱਸੋ ਨੰਬਰ ਤਾਂ 98720 96595 ਦੁਬਾਰਾ ਫਿਰ ਦੱਸਦਾ ਜੀ 98720 96595 ਨੰਬਰ ਹੈ ਜੀ ਮੇਰਾ ਜੇ ਕੋਈ ਵੀ ਤੁਸੀਂ ਆਪ ਦੇ ਸੁਝਾਅ ਦੇਣੇ ਆ ਕੋਈ ਗਾਣਿਆਂ ਦੇ ਆਈਡੀਆਂ ਦੇਣੇ ਆ ਜਾਂ ਮੈਨੂੰ ਮੈਂ ਕੀ ਲਿਖਾਂ ਕੀ ਗਾਵਾ ਯਾ ਕੋਈ ਮੇਰੀ ਤੁਸੀਂ ਫਾਈਨੈਂਸ਼ਲੀ ਤੌਰ ਤੇ ਕਿਸੇ ਤਰੀਕੇ ਨਾਲ ਕੋਈ ਮਦਦ ਕਰਨੀ ਚਾਹੁੰਦਾ ਗਾਣਿਆਂ ਵਾਸਤੇ ਫਾਈਨੈਂਸ਼ਲੀ ਕਿਵੇਂ ਕੋਈ ਪੇਟੀਐਮ ਤਾਂ ਨਹੀਂ ਚਲਾਈ ਬੈਠੇ ਇੱਥੇ ਪੇਟੀਐਮ ਨਾ ਗੂਗਲ ਪੇ ਦੋਵੇਂ ਹੀ ਚੱਲਦੇ ਆਂ ਕੀ ਬਾਤ ਚੱਲਦੇ ਆ ਦੋਨੋਂ ਚੱਲਦੇ ਆ ਠੀਕ ਕਿਉਂਕਿ ਚਲਾਉਣੇ ਪੈਂਦੇ ਅੱਜਕੱਲ ਨਾ ਨਿੱਕੇ ਨਿੱਕੇ ਲੈਂਦੇ ਨੇ ਵੀ ਇੱਧਰ ਉੱਧਰ ਜੋ ਵੀ ਉਲਟ-ਪੁਲਟ ਹੁਣ ਜਿਹੜੀ ਗੁਰਦਾਸਪੁਰ ਤੋਂ ਜਾਂ ਫੌਜੀ ਸਾਹਿਬ ਨੇ ਪੇਮੈਂਟ ਕਰੀ ਜਾਂ ਪ੍ਰੋਫੈਸਰ ਸਾਹਿਬ ਨੇ ਉਹ ਬਾਈ ਜੀ ਪੇਟੀਐਮਤੀ ਆਈ ਹੈ ਗੂਗਲ ਪੇਤੀ ਆਈ ਹੈ ਹੁਣ ਨਾ ਮੈਨੂੰ ਮਿਲ ਸਕਦੇ ਸੀ ਨਾ ਮੈਂ ਉਹਨਾਂ ਨੂੰ ਮਿਲ ਸਕਿਆ ਤੇ ਬਸ ਫੋਨ ਤੇ ਗੱਲਬਾਤ ਹੁੰਦੀ ਹੈ ਜੀ ਪਰ ਕੰਦੀ ਸਾਹਿਬ ਮੈਂ ਚਾਹਣਾ ਕਿ ਆਪਾਂ ਗੱਲਾਂ ਦੇ ਲਜਹਾ ਦੇ ਵਿੱਚ ਜ਼ਿਆਦਾ ਨਾ ਉਲਝੀਏ ਇਹਨੂੰ ਥੋੜਾ ਜਿਹਾ ਆਪਾਂ ਕੁਝ ਪੈਂਡਿੰਗ ਰੱਖਦੇ ਹਾਂ ਡਿਲੇ ਕਰਦੇ ਹਾਂ ਕੋਸਗੀਤ ਦੇ ਨਾਲ ਕੋਈ ਜ਼ਾਇਕਾ ਜ਼ਰੂਰ ਦੋ ਯਾਰ ਕਿਉਂਕਿ ਥੋੜਾ ਬਹੁਤ ਕੁਛ ਇੱਕ ਦੋ ਪੈਰੇ ਕੋਈ ਹੋਰ ਹੋਣ ਤਾਂ ਮੈਂ ਚਾਹਣਾ ਕਿ ਜ਼ਰੂਰ ਸਾਂਝੇ ਕਰੋ ਕਿਉਂਕਿ ਤੁਹਾਡੀ ਗਾਇਕੀ ਦਾ ਲੋਟਫ ਮਨਨਾ ਵੀ ਜ਼ਰੂਰੀ ਆ ਚਲੋ ਮੈਂ ਇਸ ਤੋਂ ਇਲਾਵਾ ਫਿਰ ਹਾਂਜੀ ਹਾਂਜੀ ਬਿਲਕੁਲ ਦੇਖੋ ਇਹ ਗੀਤ ਤਾਂ ਆਪਾਂ ਜੇ ਸਾਰਾ ਇੱਥੇ ਸੁਣਾਤਾ ਤੇ ਫਿਰ ਦਰਸ਼ਕ ਕੀ ਸੁਣਨਗੇ ਤੁਸੀਂ ਯਾਰ YouTube ਤੇ MD ਸਾਹਮਣੇ ਪ੍ਰੋਡਕਸ਼ਨ ਖੋਲ ਕੇ ਸੁਣਿਓ ਕ੍ਰਮ ਚੌਧਰੀ ਸਰਚ ਕਰਿਓ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਜ਼ਰੂਰ ਸੁਣੋ ਸਬਸਕ੍ਰਾਈਬ ਜ਼ਰੂਰ ਕਰਦੇ ਹਾਂਜੀ ਨਹੀਂ ਸਬਸਕ੍ਰਾਈਬ ਤੇ ਲਾਇਕ ਕਮੈਂਟ ਕਰਨਾ ਤੇ ਸੁਝਾਅ ਦੇਣਾ ਤੁਹਾਡਾ اخلاقی ਫਰਜ ਆ ਤੇ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਇਹਨਾਂ ਚੈਨਲ ਲਈ ਐਮਜੀ ਟੈਲੀਕਾਸਟ ਲਈ ਤੇ ਮੇਰੇ ਲਈ ਜਿੰਨੇ ਵੀ ਤੁਹਾਡੇ ਦਿਲੋਂ ਦੁਆਵਾਂ ਤੇ ਸੁਝਾਅ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਗੀਤ ਜ਼ਰੂਰ ਸੁਣੋ ਗੀਤ ਇੱਕ ਮੈਂ ਸਰਦਾਰੀ ਗੀਤ ਗਾਇਆ ਸੀ ਪੱਗਾਂ ਦੀ ਗੱਲ ਕੀਤੀ ਆ ਪਹਿਲਾਂ ਗਾਇਆ ਸੀਗਾ ਵੀ ਮਤਲਬ ਮੈਂ ਇਦਾਂ ਦੇ ਗਾਉਂਦਾ ਰਿਹਾ ਪਹਿਲਾਂ ਵੀ ਕਿ ਉਹ ਗੀਤ ਮੈਂ ਸਾਰਿਆਂ ਨਾਲ ਸਾਂਝਾ ਕਰਦਾ ਦੁਬਾਰਾ ਸ਼ਾਇਦ ਉਹ ਗੀਤ ਨੂੰ ਫੇਰ ਕੋਈ ਸੁਣਿਆ ਜਾਵੇ ਦੁਬਾਰਾ ਹਉ ਚੁੰਮ ਚੁੰਮ ਲਈ ਅਸੀਂ ਮੌਤ ਸੀਨੇ ਨਾਲ ਚੁੰਮ ਚੁੰਮ ਲਈ ਅਸੀਂ ਮੌਤ ਸੀਨੇ ਨਾਲ ਪਰ ਲੱਗਣ ਨਹੀਂ ਦਿੱਤਾ ਕਦੀ ਦਾਗ ਪੱਗ ਤੇ ਦਾਗ ਪੱਗ ਤੇ ਹੋ ਸਿਰਾਂ ਦੇ ਪਵਾਕੇ ਮੁੱਲ ਲਈਆ ਸਰਦਾਰੀ ਲੋਕੋ ਐਵੇਂ ਨਹੀਂ ਕਹਾਉਂਦੇ ਸਰਦਾਰ ਜੱਗ ਤੇ ਸਿਰਾਂ ਦੇ ਪੁਆਕੇ ਮੁੱਲ ਲਈ ਆ ਸਰਦਾਰੀ ਲੋਕੋ ਐਵੇਂ ਨਹੀਂ ਕਹੌਂਦੇ ਸਰਦਾਰ ਜਗ ਤੇ ਹੋ ਅਸੀਂ ਮਿੱਟੀ ਦੇ ਨਹੀਂ ਸ਼ੇਰ ਕੰਮ ਕੀਤੇ ਸ਼ੇਰਾਂ ਵਾਰੇ ਸਾਡੀ ਨੀਤ ਨਹੀਂ ਉਹ ਮਾੜੀ ਅਸੀਂ ਦਿਲਾਂ ਦੇ ਨਹੀਂ ਕਾਲੇ ਹੋ ਅਸੀਂ ਮਿੱਟੀ ਦੇ ਨਹੀਂ ਸ਼ੇਰ ਕੰਮ ਕੀਤੇ ਸ਼ੇਰਾਂ ਵਾਰੇ ਸਾਡੀ ਨੀਤ ਨਹੀਂ ਉਹ ਮਾੜੀ ਅਸੀਂ ਦਿਲਾਂ ਦੇ ਨਹੀਂ ਕਾਲੇ ਹੋ ਜੀਨੇ ਕੀਤੇ ਹੱਥ ਚਾਰ ਕੀਤਾ ਕੰਮ ਯਾਰਪਾਰ ਹੋ ਜੀਨੇ ਕੀਤੇ ਹੱਥ ਚਾਰ ਕੀਤਾ ਕੰਮ ਯਾਰਪਾਰ ਲੱਗੀ ਅਣਖਾਂ ਦੀ ਮੋਹ ਸਾਡੀ ਰਗ ਰਗ ਤੇ ਰਗ ਰਗ ਤੇ ਹੋ ਸਿਰਾਂ ਦੇ ਪੁਆਕੇ ਮੁੱਲ ਲਈਆ ਸਰਦਾਰੀ ਲੋਕੋ ਐਵੇਂ ਨਹੀਂ ਕਹੌਂਦੇ ਸਰਦਾਰ ਜੱਗ ਤੇ ਸਿਰਾਂ ਦੇ ਪੁਆਕੇ ਮੁੱਲ ਲਈਆ ਸਰਦਾਰੀ ਲੋਕੋ ਐਵੇਂ ਨਹੀਂ ਕਹੌਂਦੇ ਸਰਦਾਰ ਜੱਗ ਤੇ ਸ਼ੁਕਰੀਆ ਬਰਕੰਦੀ ਸਾਹਿਬ ਬਹੁਤ ਖੂਬਸੂਰਤ ਗੀਤ ਜਿੱਦਾਂ ਦੀ ਆਸ ਸੀ ਤੁਹਾਡੇ ਤੋਂ ਉਦਾਂ ਦਾ ਹੀ ਤੁਸੀਂ ਜਿਹੜਾ ਗੀਤ ਆ ਉਹ ਸੁਨਾਇਆ ਮੈਨੂੰ ਇੰਨੀ ਗੱਲ ਹੁਣ ਜ਼ਰੂਰ ਦੱਸ ਜੋ ਕਿ ਅਖੀਰ ਜਿਹੜੇ ਐਮਜੀ ਟੈਲੀਕਾਸਟ ਦੇ ਉੱਪਰ ਜਿਹੜੇ ਆਪਣੇ ਮਾਧਿਮ ਰਾਹੀਂ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਇਸ ਗੀਤ ਬਾਰੇ ਜਾਂ ਇਸ ਗੀਤ ਤੋਂ ਇਲਾਵਾ ਕੁਝ ਹੋਰ ਇਹੋ ਕਹਿਣਾ ਚਾਹਣਾ ਕਿ 295 ਪੰਜਾਬ ਬੋਲਦਾ ਨੂੰ ਜਿਵੇਂ ਤੁਸੀਂ ਸਿਰ ਮੱਥੇ ਕਬੂਲ ਕਰਿਆ ਹਮ ਬਹੁਤ ਸਾਰੀਆਂ ਦੁਆਵਾਂ ਸ਼ਾਵਾ ਉਮੀਦਾਂ ਜਗਾਈਆਂ ਮੇਰੀਆਂ ਤੇ ਉਸੇ ਤਰ੍ਹਾਂ ਹੀ ਇਹ ਜਿਹੜਾ ਖੜਾ ਮ ਚੌਧਰੀ ਸਾਡਾ ਅਸੀਂ ਨਵਾਂ ਦੂਸਰਾ ਮੈਂ ਹੌਸਲਾ ਕੀਤਾ ਕਰਨ ਦਾ ਤੁਹਾਡੇ ਕਹਿਣ ਤੇ ਤੁਹਾਡੇ ਵਿਊਵਾਂ ਨਾਲ ਤੁਹਾਡੇ ਲਾਈਕ ਕਮੈਂਟਾਂ ਤੁਹਾਡੀਆਂ ਫੋਨ ਕਾਲਾਂ ਨਾਲ ਹੀ ਮੈਨੂੰ ਹੌਸਲਾ ਮਿਲਿਆ ਤੇ ਮੈਂ ਦੁਬਾਰਾ ਕਰਿਆ ਇਸੇ ਤਰ੍ਹਾਂ ਹੌਸਲਾ ਬਣਾਈ ਰੱਖੋ ਤੇ ਕਿਉਂਕਿ ਮੈਂ ਤੀਜਾ ਵੀ ਅੱਗੇ ਕੁਝ ਨਵਾਂ ਲੈ ਕੇ ਆ ਸਕਾਂ ਇਹੀ ਕਹਿਣਾ ਚਾਹਣਾ ਵੀ ਐਮਜੀ ਟੈਲੀਕਾਸਟ ਤੇ ਐਮਜੀ 7 ਪ੍ਰੋਡਕਸ਼ਨ ਮੇਰੇ ਵੀਰ ਮਨਜਿੰਦਰ ਕਮਾਨ ਜੀ ਮੇਰੇ ਨਾਲ ਖੜੇ ਐ ਜੀ ਇਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਜਿਨ੍ਹਾਂ ਨੇ ਪਲ-ਪਲ ਸਾਥ ਦਿੱਤਾ ਗਾਣੇ ਨੂੰ ਸਕਸੈਸ ਕਰਨ ਚ ਇਸ ਵਾਰੀ ਫੇਰ ਮੇਰੇ ਨਾਲ ਖੜੇ ਮੋਢੇ ਨਾਲ ਮੋਢਾ ਲਾ ਕੇ ਤੇ ਰੱਬ ਅੱਗੇ ਅਰਦਾਸ ਵੀ ਕਰਦਾ ਕਿ ਸਾਡੀ ਜੋੜੀ ਬਣੀ ਰਵੇ ਸਾਡਾ ਭਰਾਵਾਂ ਦਾ ਪਿਆਰ ਬਣਿਆ ਰਵੇ ਤੇ ਸਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਵੱਧ ਤੋਂ ਵੱਧ ਪਿਆਰ ਸਤਿਕਾਰ ਦਿਓ ਬਸ ਇਹੀ ਉਮੀਦ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੁੰਦਾ ਰਹੂੰਗਾ ਬੈਸ ਵਿਸ਼ੇ ਸੇ ਬਹੁਤ ਬਹੁਤ ਤੇਜ ਸਾਰੀਆਂ ਮੁਬਾਰਕਾਂ ਸੁਖਰਾਜ ਬਰਕੰਦੀ ਜੀ ਦਾ ਰਸਲ ਮੈਂ ਦੱਸ ਦੇਣਾ ਚਾਹਣਾ ਕਿ ਐਮਜੀ ਟੈਲੀਕਾਸਟ ਜਾਂ ਐਮਜੀ 70 ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਉਹ ਸਿਰਫ ਸੁਖਰਾਜ ਬਰਕੰਦੀ ਨਾਲ ਨਹੀਂ ਖੜਾ ਹਰ ਲੋੜਵੰਦ ਤੇ ਹੁਨਰਮੰਦ ਲੋਕਾਂ ਦੇ ਨਾਲ ਹਮੇਸ਼ਾ ਖੜਦਾ ਆਇਆ ਤੇ ਖੜਦਾ ਰਹੂਗਾ ਹਨ ਤੇ ਤੁਸੀਂ ਹੁਨਰਮੰਦ ਉਹਦੇ ਮਹਾਰਾਜ ਕਿਉਂ ਨਾ ਖੜਾਂਗੇ ਸਾਡਾ اخਲਾਕੀ ਫਰਜ਼ ਬਣਦਾ ਤਾਂ ਮੈਂ ਦੱਸ ਦੇਣਾ ਚਾਹਣਾ ਕਿ ਬਾਈ ਨੇ ਵੀ ਨਿੱਜੀ ਤੌਰ ਤੇ ਵੀ ਦਰਖਾਸਤ ਕੀਤੀ ਸੀ ਮੈਂ ਉਹਨੂੰ ਦੁਬਾਰਾ ਇੱਕ ਰੈਪੀਟੀਸ਼ਨ ਦੇ ਦੇਣਾ ਉਹ ਇਹ ਗੱਲ ਕਹੀ ਸੀ ਕਿ ਇਹ ਪ੍ਰੋਗਰਾਮਾਂ ਦੀ ਸਖਤ ਲੋੜ ਆ ਕਿਉਂਕਿ ਜੇ ਤਾਂ ਕਿਤੇ ਗੱਲ ਕੀਤੀ ਜਾਵੇ ਵੀ ਚੱਕ ਦਾਂਗੇ ਮਾਰ ਦਾਂਗੇ ਹਨਾ 128 ਜਾਂ ਕੁਝ ਹੋਰ ਤਾਂ ਉਹ ਪ੍ਰੋਗਰਾਮ ਤਾਂ ਬਹੁਤ ਮਿਲਦੇ ਆ ਪਰ ਜਿਹੜਾ ਆਪਣੇ ਅਸਲ ਆਪਣੇ ਆਲੇ ਦੁਆਲੇ ਦੀਆਂ ਲੋਕਾਂ ਦੀਆਂ ਗੱਲਾਂ ਪੰਜਾਬ ਦੇ ਹਾਲਾਤਾਂ ਦੀਆਂ ਗੱਲਾਂ ਕਰਦਾ ਉਹਨਾਂ ਨੂੰ ਵੀ ਪ੍ਰੋਗਰਾਮ ਦੇਣੇ ਜਿਹੜੇ ਤੁਹਾਡੇ ਫਰਜ਼ ਬੰਦੇ ਨੇ ਜਿਹੜੇ ਜਿੱਥੇ ਵੀ ਮਾਝਾ ਮਾਲਵਾ ਦੋਆਬਾ ਏਰੀਆ ਜਾਂ ਹੋਰ ਐਨਆਰਆਈ ਭਰਾ ਦੇਖ ਰਹੇ ਨੇ ਤਾਂ ਬਾਈ ਨੂੰ ਜਿਹੜੇ ਹੈਗੇ ਨੇ ਪ੍ਰੋਗਰਾਮ ਜ਼ਰੂਰ ਦੇਓ ਯਾਰ ਕਿਉਂਕਿ ਆਪਾਂ ਕਈ ਵਾਰੀ ਕਿਸੇ ਨੂੰ ਕੋਈ ਪੈਸੇ ਦੇਣ ਲੱਗਿਆਂ ਸੋਚਦੇ ਹਾਂ ਕਿ ਕਿਸੇ ਨੂੰ ਕਿਉਂ ਦਈਏ ਪਰ ਜੇ ਕਿਸੇ ਨੂੰ ਕੋਈ ਕੰਮ ਤਾਂ ਦੇ ਸਕਦੇ ਹਨ ਹਾਂ ਜੇ ਕੋਈ ਨਿੱਜੀ ਤੌਰ ਤੇ ਫਾਈਨੈਂਸ਼ਲੀ ਵੀ ਹੈਲਪ ਕਰਨ ਦਾ ਇੱਛੁਕ ਆ ਤਾਂ ਉਹ ਜ਼ਰੂਰ ਕਰ ਸਕਦਾ ਉਹ ਤੁਹਾਡੀ ਆਪਣੀ ਇੱਛਾ ਬਾਈ ਨੇ ਨੰਬਰ ਵਿੱਚ ਦੱਸ ਦਿੱਤਾ ਇਹ ਵੀ ਦੱਸਦਾ ਕਿ ਪੇਪੀਅਮ ਤੇ ਜਿਵੇਂ ਤੁਹਾਡਾ ਦਿਲ ਕਰਦਾ ਤੁਹਾਡੇ ਨਾਲ ਹੀ ਆ ਜੇ ਤੁਸੀਂ ਹੋ ਤੇ ਐਮਡੀ ਟੈਲੀਕਾਸਟ ਆ ਹਨਾ ਅਸੀਂ ਆ ਜੇ ਤੁਸੀਂ ਨਹੀਂ ਤੇ ਸ਼ਾਇਦ ਫਿਰ ਸਾਡੇ ਵੀ ਹੋਣ ਨਾ ਹੋਵੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਐਮਡੀ ਟੈਲੀਕਾਸਟ ਦਾ ਜਿਹੜਾ ਪਰਿਵਾਰ ਆ ਉਹ ਤਕਰੀਬਨ ਸਵਾ ਲੱਖ ਹੋ ਚੁੱਕਿਆ ਹੈ ਹਰ ਇੱਕ ਦੇ ਜਦੋਂ ਫੋਨ ਆਉਂਦੇ ਆ ਤਾਂ ਜਦੋਂ ਦੱਸਦੇ ਆ ਕਿ ਬਾਈ ਹਰ ਇੱਕ ਪ੍ਰੋਗਰਾਮ ਤੁਹਾਡਾ ਦੇਖਦੇ ਆ ਤਾਂ ਕਈ ਵਾਰੀ ਕਿਸੇ ਦੇ ਫੋਨ ਨਹੀਂ ਚੱਕੇ ਜਾਂਦੇ ਜਾਂ ਮਸ਼ਰੂਫ ਹੋਣ ਦੇ ਕਾਰਨ ਲੇਟ ਹੋ ਜਾਂਦੇ ਆ ਤਾਂ ਗੁਸਤਾਖੀ ਦੇ ਜਾਚਕਾਂ ਜੀ ਇਹ ਅਸੀਂ ਕੋਈ ਓਦਾਂ ਦੇ ਕੋਈ ਪੱਤਰਕਾਰ ਜਾਂ ਕਿ ਓਦਾਂ ਦਾ ਚੈਨਲ ਨਹੀਂ ਹੈਗਾ ਸਾਡਾ ਕੋਸ਼ਿਸ਼ ਹੁੰਦੀ ਹੈ ਕਿ ਦਿਲੋਂ ਕਿਸੇ ਦਾ ਕੀਤਾ ਜਾਵੇ ਚਾਹੇ ਇੰਟਰਵਿਊ ਆ ਜਾਂ ਕੁਝ ਵੀ ਆ ਸੋ ਸਾਨੂੰ ਤੁਹਾਡੇ ਜਿਹੜੇ ਕੋਆਪਰੇਸ਼ਨ ਦੀ ਤੁਹਾਡੀ ਬਹੁਤ ਲੋੜ ਆ ਸਾਡੇ ਨਾਲ ਜੁੜੇ ਰਹੋ ਇਹ ਜਿਹੜਾ ਗੀਤ ਆ ਮੈਂ ਇੱਕ ਵਾਰੀ ਲਾਸਟ ਵਿਦਾਇਗੀ ਲੈਣ ਤੋਂ ਪਹਿਲਾਂ ਦੱਸ ਦੇਣਾ ਚਾਹਣਾ ਕਿ ਗੀਤ ਰਿਲੀਜ਼ ਹੋ ਚੁੱਕਿਆ ਐ ਐਮਜੀ 7 ਪ੍ਰੋਡਕਸ਼ਨ ਦੇ ਉੱਪਰ ਤੁਸੀਂ ਇਸ ਗੀਤ ਦਾ ਜਿਹੜਾ ਜ਼ਾਇਕਾ ਮਾਨ ਸਕਦੇ ਹੋ ਸਰਚ ਕਰ ਸਕਦੇ ਹੋ ਜਾਂ ਤੁਸੀਂ ਪੰਜਾਬੀ ਵਿੱਚ ਵੀ ਕੜਮ ਚੌਧਰੀ ਲਿਖ ਸਕਦੇ ਹੋ ਜਾਂ ਤੁਸੀਂ ਇੰਗਲਿਸ਼ ਵਿੱਚ ਜਿਹੜਾ ਕੜਮ ਕੇ ਤੇ ਵੈਸੇ ਦਾ ਜੀ ਐਚ ਤੇ ਘੱਗਾ ਬਣਦਾ ਪਰ ਤੁਸੀਂ ਕੇ ਤੇ ਸ਼ਾਇਦ ਆਪਟੀਮਾਈਜੇਸ਼ਨ ਦੇ ਅਕੋਰਡਿੰਗ ਚੱਕਿਆ ਜਾਊਗਾ ਉਹਦੇ ਅਕੋਰਡਿੰਗ ਵੀ ਤੁਸੀਂ ਸਰਚ ਕਰ ਸਕਦੇ ਹੋ ਸੋ ਬਰਕੰਦੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦਾ ਕਿ ਤੁਹਾਡਾ ਇਹ ਵੀ ਜਿਹੜਾ ਗਾਣਾ ਉਪਲੰਧੀਆਂ ਨੂੰ ਛੂਵੇ ਥੈਂਕ ਯੂ ਕਮਾਂਡ ਸਾਹਿਬ ਐਮ ਜੀ ਟੈਲੀਕਾਸਟ ਐਮ ਜੀ 7 ਪ੍ਰੋਡਕਸ਼ਨ ਜੀ ਤੇ ਆਲ ਸਰੋਤੇ ਜਿੰਨੇ ਵੀ ਇਸ ਚੈਨਲ ਨਾਲ ਜਾਂ ਮੇਰੇ ਨਾਲ ਜੁੜੇ ਆ ਜੀ ਪਿਆਰ ਸਤਿਕਾਰ ਬਣਾਈ ਰੱਖੋ ਜੀ ਤੁਹਾਡੇ ਹੌਸਲੇ ਨਾਲ ਹੀ ਮੈਂ ਤਾਂ ਅੱਗੇ ਚੱਲਣਾ ਤੇ ਮੈਨੂੰ ਬਲ ਬਖਸ਼ੋ ਬਸ ਜੀ ਤੁਹਾਡਾ ਵੀ ਧੰਨਵਾਦ ਜੀ ਮਿਲਦੇ ਆਂ ਕਿ ਤੀਸਰੇ ਆਸ ਕਰਦਾ ਆਂ ਕਿ ਤੀਸਰੇ ਜਿਹੜੇ ਤੁਹਾਡੇ ਗੀਤ ਦੇ ਲਈ ਆਪਾਂ ਜਰੂਰ ਦੁਬਾਰਾ ਜਿਹੜੀ ਮਿਲਣੀ ਕਰਾਂਗੇ ਕਿ ਨਹੀਂ ਕਰਾਂਗੇ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਸਾਡੇ ਨਾਲ ਸੁਖਰਾਜ ਬਰਕੰਦੀ ਐਸ ਵਕਤ ਜੋ ਮੁਕਸਰ ਏਰੀਆ ਦੀ ਸ਼ਾਨ ਜਾਂ ਮੁਕਸਰ ਦਾ ਉੱਭਰ ਦਾ ਜਿਹੜਾ ਮੈਂ ਸਤਾਰਾ ਕਹਿ ਸਕਦਾ ਤਾਂ ਇੰਨੇ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ ਜੇ ਗੀਤ ਚੰਗਾ ਲੱਗੇ ਜਾਂ ਤੁਹਾਨੂੰ ਲੱਗਦਾ ਕਿ ਇਹ ਇੰਟਰਵਿਊ ਸਾਡੀ ਜਿਹੜੀ ਮੁਲਾਕਾਤ ਆ ਸੁਖਰਾਜ ਬਾਈ ਦੇ ਨਾਲ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਤੁਸੀਂ ਵੀ ਆਪਦਾ ਜਿਹੜਾ ਫਰਜ਼ ਸਮਝ ਕੇ ਇਸ ਇੰਟਰਵਿਊ ਨੂੰ ਸ਼ੇਅਰ ਕਰਿਓ ਸਾਡਾ ਸਾਥ ਦੇਣ ਦੇ ਲਈ ਅ ਸਬਸਕ੍ਰਾਈਬ ਜ਼ਰੂਰ ਕਰਿਓ ਚਾਹੇ ਐਮਜੀ ਟੈਲੀਕਾਸਟ ਦੇਖ ਰਹੇ ਹੋ ਚਾਹੇ ਤੁਸੀਂ ਗੀਤ ਸੁਣੋਗੇ ਐਮਜੀ 7 ਪ੍ਰੋਡਕਸ਼ਨ ਦੇ ਉੱਪਰ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸ਼ਾਇਦ ਸਾਡੀ ਕਮਾਈ ਸਬਸਕ੍ਰਿਪਸ਼ਨ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਹਨਾ ਤਾਂ ਇਹਨੇ ਦੇ ਨਾਲ ਇਜਾਜ਼ਤ ਲੈਣਾ ਜੀ ਕੈਮਰਾਮੈਨ ਭਿੰਦਾ ਬਰਕੰਦੀ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਸਿੰਘ ਫਤਿਹਕਮਾਨ ਐਮਜੀ ਟੈਲੀਕਾਸਟ ਸ਼ੁਕਰੀਆ